जंग के काफ़ी दिनों बाद दर्शन सारे हो अज तक खेचल इस करके दिखी आ विरुद्ध श्रोमणी अकाली दल ने 7 तरीक पंजाब भर में पिंड पिंड प्रदर्शन करना गलियां कूचियां ते महल्लियां विच और साड़ी मंग है कि केंद्र सरकार ते सूबा सरकार पंजाब ये अपने अपने टैक्स जिहड़े ने अद्धे करे। अज डीजल ते पेट्रोल दे वध रहे प्रेस कॉन्फ्रेंस की इस बारे दस डीजल पेट्रोल दियां वध रहियां कीमतां दे आम खपतकारां दे पै रहे बोझ नूं रोकण लई उहदे विरुद्ध दे विच श्रोमणी अकाली दल पंजाब भर विच 7 जुलाई नूं पिंड दियां हर पिंड दियां गलियां विच महल्लियां च कूचियां च प्रदर्शन करेगा रोस प्रदर्शन करेगा और केंद्र सरकार ते सूबा सरकारां तों मंग करेगा कि उन्हां वल्लों लाए टैक्स जिहड़े ने केंद्र सरकार वल्लों एक्साइज कस्टम ते सूबा सरकार वल्लों वैट ये अद्धे अद्धे किते जाण। अज 22 रुपए पर लीटर के करीब डीजल पेट्रोल से औसतन खर्चा टैक्स लग रहा सूबा सरकार पंजाब की वल्लों 32 रुपए पर लीटर के करीब लग रहा केंद्र सरकार वल्लों। जे केंद्र सरकार अपना टैक्स अद्धा कर दे ते सूबा सरकार अद्धा कर दे ਤਾਂ ਖਪਤਕਾਰਾਂ 'ਤੇ ਮਾਰੂ ਅਸਰ ਜਿਹੜਾ ਹੈ ਵੱਧ ਸਕਦਾ। ਕਰੋਨਾ ਮਹਾਂਮਾਰੀ ਦੀ ਮਾਰ ਚੱਲ ਰਹੇ ਪੀੜਤ ਲੋਕਾਂ ਨੂੰ ਬਚਾਉਣ ਦਾ ਇੱਕੋ ਇੱਕ ਰਾਹ ਔਰ ਸ਼੍ਰੋਮਣੀ ਅਕਾਲੀ ਦਲ ਇਸ ਰੋਸ ਲਈ ਪ੍ਰਦਰਸ਼ਨ ਗਲੀਆਂ ਮਹੱਲਿਆਂ ਅਤੇ ਕੂਟਿਆਂ ਵਿੱਚ ਜ਼ੋਰਦਾਰ ਕਰੇਗਾ। 7 ਤਰੀਕ ਨੂੰ 9 ਵਜੇ ਤੋਂ ਲੈ ਕੇ 5 ਵਜੇ ਤੱਕ ਕੇਵਲ 1 ਘੰਟਾ ਆਪਣੇ ਆਪਣੇ ਪਿੰਡ ਵਿੱਚ ਸੁਵਿਧਾ ਅਨੁਸਾਰ ਉੱਥੋਂ ਦੇ ਪਿੰਡ ਵਾਸੀ ਇਹ ਪ੍ਰਦਰਸ਼ਨ ਕਰਨਗੇ। ਸੋਸ਼ਲ ਡਿਸਟੈਂਸ ਦਾ ਧਿਆਨ ਰੱਖਦੇ ਹੋਏ ਬਜ਼ੁਰਗ ਆਪਣੇ ਘਰਾਂ ਦੇ ਸਾਹਮਣੇ ਜਿਹੜੀਆਂ ਵਿਰੋਧ ਵਿੱਚ ਫੱਟੀਆਂ ਲੈ ਕੇ ਮਾਟੋ ਲੈ ਕੇ ਖੜਨਗੇ ਅਤੇ ਨੌਜਵਾਨ ਜਿਹੜੇ ਪਿੰਡ ਦੀਆਂ ਗਲੀਆਂ 'ਤੇ ਸੱਥਾਂ 'ਚ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਦਾ ਵਿਖਾਵਾ ਕਰਨਗੇ। ਔਰ ਮੈਂ ਸਮਝਦਾ ਕਿ ਦੂਜਾ ਇਸ਼ੂ ਜਿਹੜਾ ਹੈ ਰਾਸ਼ਨ ਵੰਡ ਪ੍ਰਣਾਲੀ ਦੇ ਵਿੱਚ ਖਾਸ ਤੌਰ 'ਤੇ ਨੀਲੇ ਕਾਰਡ ਜਿਹੜੇ ਨਜਾਇਜ਼ ਕੱਟੇ ਗਏ ਜਿਨ੍ਹਾਂ ਦੇ ਵਿਰੁੱਧ ਅਸੀਂ ਹਾਈ ਕੋਰਟ ਦੇ ਵਿੱਚ ਅਪੀਲ ਵੀ ਕੀਤੀ ਮਾਂ ਜੋ ਉੱਚ ਅਦਾਲਤ ਨੇ ਕਿ ਸੂਬਾ ਸਰਕਾਰ ਨੂੰ ਹਦਾਇਤਾਂ ਕੀਤੀਆਂ ਅਤੇ ਸੂਬਾ ਸਰਕਾਰ ਨੂੰ ਮਾਫ਼ੀ ਮੰਗਣ ਤੋਂ ਸਿਵਾਇ ਕੋਈ ਜਵਾਬ ਨਾ ਮਿਲਿਆ ਅਤੇ ਉਹ ਜਿਹੜੇ ਨੀਲੇ ਕਾਰਡਾਂ 'ਤੇ ਪੂਰਾ ਰਾਸ਼ਨ ਉਹਨਾਂ ਨੂੰ ਦਿੱਤਾ ਜਾਵੇ ਜਿਨ੍ਹਾਂ 'ਤੇ ਕੱਟੇ ਗਏ ਸੀ ਅਕਾਲੀ ਦਲ ਵੇਲੇ ਬਣਾਏ ਕਾਰਡ। ਅਤੇ ਖਾਸ ਤੌਰ 'ਤੇ ਪਿਛਲੇ ਸਮੇਂ ਵਿੱਚ ਜਿਹੜੀ ਰਾਸ਼ਨ ਵੰਡ ਪ੍ਰਣਾਲੀ ਵਿੱਚ ਪੱਖਪਾਤ ਹੋਇਆ ਕਈ ਥਾਵਾਂ 'ਤੇ ਕਾਂਗਰਸੀ ਲੀਡਰਾਂ ਨੇ ਡਿਪੂ ਹੋਲਡਰਾਂ ਨਾਲ ਮਿਲ ਕੇ ਬਾਹਰੋਂ ਬਾਹਰ ਕਣਕੇ ਵੇਚਤੀ ਕਈ ਥਾਵਾਂ 'ਤੇ ਸਟੋਕ ਰੱਖਿਆ ਅੱਜ ਸੁੰਡੀਆਂ ਪੈ ਗਈਆਂ ਲੋਕ ਦਿਖਾ ਰਹੇ ਨੇ ਖਰਾਬ ਹੋ ਗਈ ਕਣਕ ਇਹਦੀ ਜ਼ਿੰਮੇਵਾਰੀ ਵੀ ਫਿਕਸ ਹੋਣੀ ਚਾਹੀਦੀ ਆ। ਔਰ ਰਾਸ਼ਨ ਵੰਡ ਪ੍ਰਣਾਲੀ ਵਿੱਚ ਵੀ ਬਹੁਤ ਵੱਡਾ ਘੁਟਾਲਾ ਹੋਇਆ ਪੱਖਪਾਤ ਹੋਇਆ ਇਹਦੇ ਇਲਜ਼ਾਮ ਆਲ ਪਾਰਟੀ ਮੀਟਿੰਗ ਦੇ ਵਿੱਚ ਮਾਂ ਜੋ ਮੁੱਖ ਮੰਤਰੀ ਜੀ ਦੇ ਧਿਆਨ 'ਚ ਹਲਕੇ ਸਨੌਰ ਦੇ ਵਿੱਚੋਂ ਖਾਸ ਤੌਰ 'ਤੇ ਉਹ ਵੀਡੀਓ ਵੱਲੋਂ ਲਿਖੀ ਚਿੱਠੀ ਦਿਖਾਈ ਗਈ ਜਿਹਦੇ ਵਿੱਚ ਕਾਂਗਰਸੀ ਨੇਤਾਵਾਂ ਦੀ ਹਾਜ਼ਰੀ ਵਿੱਚ ਰਾਸ਼ਨ ਵੰਡਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਸੀ। ਸੋ ਇਹ ਸਾਰੀਆਂ ਗੱਲਾਂ ਦਾ ਮਤਲਬ ਵਿਰੋਧ ਦੇ ਵਿੱਚ ਇਹ ਪ੍ਰਦਰਸ਼ਨ ਹੋਣਗੇ। ਵੈਸੇ ਤਾਂ ਜਿਵੇਂ ਸ਼ਰਾਬ ਦੀਆਂ ਫੈਕਟਰੀਆਂ ਦੇ ਵਿੱਚ ਫੜੇ ਲੋਕਾਂ ਤੋਂ ਅਜੇ ਤੱਕ ਰਿਕਵਰੀ ਨਹੀਂ ਦਿਖਾਈ ਗਈ ਔਰ ਬਿਜਲੀ ਦੇ ਬਿੱਲ ਗਰੀਬ ਲੋਕਾਂ ਤੋਂ ਕਰੋਨਾ ਦੇ ਸਮੇਂ ਦੇ ਘੱਟੋ ਘੱਟੋ ਮਾਫ਼ ਹੋਣੇ ਚਾਹੀਦੇ ਸੀ। ਜਿਵੇਂ ਸ਼ਰਾਬ ਦੇ ਠੇਕੇਦਾਰਾਂ ਦਾ ਘਾਟਾ ਮਾਈਨਿੰਗ ਮਾਫੀਏ ਦਾ ਘਾਟਾ ਪੂਰਾ ਕਰਨ ਲਈ ਖਜ਼ਾਨੇ 'ਚੋਂ ਪੈਸੇ ਦੇ ਤੇ ਗਰੀਬ ਲੋਕਾਂ ਦੇ ਵੀ 2-2 ਮਹੀਨੇ ਦੇ ਬਿੱਲ ਮਾਫ਼ ਕਰ ਦੇਣੇ ਚਾਹੀਦੇ ਸੀ। ਅੱਜ ਬਹੁਤ ਥਾਵਾਂ 'ਤੇ ਪਾਣੀ ਦੇ ਬਿੱਲ ਨਾ ਭਰਨ ਕਰਕੇ ਉਹਨਾਂ ਦੇ ਕਨੈਕਸ਼ਨ ਕੱਟੇ ਜਾ ਰਹੇ ਨੇ। ਇਸ ਤਰ੍ਹਾਂ ਦੀ ਹਾਹਾਕਾਰ ਮੱਚੀ ਹੋਈ ਹੈ ਸਾਰੀ ਸਥਿਤੀ ਤੋਂ ਦੇ ਵਿਰੋਧ ਦੇ ਵਿੱਚ ਖਾਸ ਤੌਰ 'ਤੇ ਤੇਲ ਦੀਆਂ ਕੀਮਤਾਂ ਦੇ ਵਿਰੁੱਧ ਔਰ ਰਾਸ਼ਨ ਵੰਡ ਪ੍ਰਣਾਲੀ ਵਿੱਚ ਹੋਏ ਘਪਲੇ ਦੇ ਵਿਰੁੱਧ ਇਹ ਰੋਸ ਪ੍ਰਦਰਸ਼ਨ ਹੋਣਗੇ। ਔਰ ਇਹਨਾਂ ਦੇ ਵਿੱਚ ਅਸੀਂ ਜਿਹੜੇ ਅੱਜ ਹਲਕਾ ਘਨੌਰ ਬੀਬੀ ਖੁਸ਼ਮੇਸ਼ਵਰ ਜੀ ਬੈਠੇ ਨੇ ਇਹਨਾਂ ਦੇ ਸਾਰੇ ਸਰਕਲ ਜਹੇਦਾਰ ਹੋਰ ਸਾਰੇ ਔਰ ਸਨੌਰ ਦੇ ਵਿੱਚ ਹਰਿੰਦਰਪਾਲ MLA ਸਾਹਿਬ ਰਾਜਪੁਰੇ ਦੇ ਵਿੱਚ ਅਸੀਂ ਵੱਖਰੀ ਮੀਟਿੰਗ 5 ਵਜੇ ਰੱਖੀ ਹੈ। ਇਹ 3 ਹਲਕਿਆਂ ਦੇ ਵਿੱਚ ਮੇਰੀ ਡਿਊਟੀ ਲੱਗੀ ਸੀ ਅਤੇ ਇੱਕ ਆਨੰਦਪੁਰ ਸਾਹਿਬ ਹਲਕੇ ਪਾਰਲੀਮੈਂਟ ਦੇ ਵਿੱਚ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ 9 ਵਜੇ ਤੋਂ ਲੈ ਕੇ 5 ਵਜੇ ਤੱਕ ਸੁਵਿਧਾ ਅਨੁਸਾਰ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਰੋਸ ਪ੍ਰਦਰਸ਼ਨ ਹੋਣਗੇ। ਸਾਡੇ ਆਗੂ ਜਿਹੜੇ ਨੇ ਜ਼ਿਲ੍ਹੇ ਦੇ ਉਹ ਵੀ ਸਾਰੇ ਉਹਨਾਂ ਥਾਵਾਂ 'ਤੇ ਜਾਣਗੇ। ਸ਼ਹਿਰ ਦੇ ਵਿੱਚ ਮਿਰਜ਼ਾ ਸਾਹਿਬ ਇਹ ਔਰਗਨਾਈਜ਼ ਕਰਨਗੇ।